ਅੱਜ ਦੇ ਦਿਨ 7 ਅਪ੍ਰੈਲ ਐਤਵਾਰ ਵਾਲੇ ਦਿਨ ਇੱਥੇ ਪਿੰਡ ਲੋਹਾਰਾਂ ਦੇ ਵਿੱਚ ਇੱਕ ਅੱਖਾਂ ਦਾ ਕੈਂਪ ਲਗਾਇਆ ਜਾ ਰਿਹਾ ਹੈ। ਮਿਸਟਰ ਜਗਤਾਰ ਸਿੰਘ ਵਿਰਦੀ ਜਿਹੜੇ ਇੰਗਲੈਂਡ ਤੋਂ ਆਏ ਨੇ, ਉਹ ਅਤੇ ਉਹਨਾਂ ਦੀ ਫੈਮਿਲੀ ਜਿਹੜਾ ਪਰਿਵਾਰ ਹੈ, ਇਹ ਇੱਥੇ 9ਵਾਂ ਕੈਂਪ ਲਗਾ ਰਿਹਾ ਹੈ। 9 ਸਾਲ ਤੋਂ ਇੱਥੇ ਉਹ ਲਗਾਤਾਰ ਕੈਂਪ ਲਗਾ ਰਹੇ ਹੈ, ਅਪ੍ਰੈਲ ਦੇ ਮਹੀਨੇ 'ਚ ਲਗਾਉਂਦੇ ਹੈ ਲਗਾਤਾਰ ਹੀ। ਇਹਦੇ ਵਿੱਚ ਆਮ ਜਨਤਾ ਦੀ ਜਿਹੜੀ ਹੈ ਅੱਖਾਂ ਦੀ ਜਾਂਚ ਕੀਤੀ ਜਾਏਗੀ, ਜਿਹੜੀ ਫ੍ਰੀ ਹੋਏਗੀ, ਅਤੇ ਦਵਾਈ ਜਿਹੜੀ ਹੈ ਉਹ ਵੀ ਫ੍ਰੀ ਦਿੱਤੀ ਜਾਏਗੀ। ਜਿਹੜੇ ਵੀ ਮਰੀਜ਼ ਚਿੱਟੇ ਮੋਤੀ ਦੇ ਨਿਕਲਣਗੇ ਇੱਥੋਂ, ਉਹਨਾਂ ਦਾ ਫ੍ਰੀ ਓਪਰੇਸ਼ਨ ਕੀਤਾ ਜਾਏਗਾ, ਅਤੇ ਜਿਨ੍ਹਾਂ ਦੀ ਐਨਕਾਂ ਦਾ ਕੋਈ ਨਿਕਲੇਗਾ, ਜਿਹਨਾਂ ਨਿਗਾਹ ਘੱਟ ਹੈਗੀ ਹੈ, ਉਹਨਾਂ ਦਾ ਐਨਕਾਂ ਦਾ ਨੰਬਰ ਫ੍ਰੀ ਕੱਢਿਆ ਜਾਏਗਾ ਸਿਵਲ ਹਸਪਤਾਲ ਵਿਖੇ। ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ। ਜਿਹੜੇ ਸਾਡੇ ਸਿਵਲ ਸਰਜਨ ਸਾਹਿਬ ਨੇ ਡਾਕਟਰ ਜਗਦੀਪ ਚਾਵਲਾ, ਉਹਨਾਂ ਦੇ ਦਿਸ਼ਾ ਨਿਰਦੇਸ਼ ਅੰਦਰ ਇਹ ਕੈਂਪ ਲੱਗ ਰਿਹਾ ਹੈ, ਅਤੇ ਜਿਹੜੇ ਔਰਗਨਾਈਜ਼ਰ ਨੇ ਉਹ ਮਿਸਟਰ ਜਗਤਾਰ ਸਿੰਘ ਵਿਰਦੀ ਅਤੇ ਉਹਨਾਂ ਦੀ ਫੈਮਿਲੀ ਹੈ। ਅੱਜ 7 ਅਪ੍ਰੈਲ ਜਿਹੜਾ ਕਿ ਵਰਲਡ ਹੈਲਥ ਡੇ ਹੈਗਾ, ਇਸ ਕਰਕੇ ਪਿੰਡ ਲੋਹਾਰਾ ਜਿਹੜਾ ਲਗਭਗ ਜਲੰਧਰ ਸ਼ਹਿਰ ਤੋਂ 20 ਕਿਲੋਮੀਟਰ ਦੂਰ ਹੈ, ਇਸ ਪੇਂਡੂ ਇਲਾਕੇ 'ਚ ਇੱਕ ਅੱਖਾਂ ਦਾ ਕੈਂਪ ਲਾਇਆ ਜਾ ਰਿਹਾ ਹੈ, ਜਿਹਦੇ ਵਿੱਚ ਫ੍ਰੀ ਚੈੱਕਅਪ ਕੀਤਾ ਜਾਏਗਾ। ਜਗਤਾਰ ਸਿੰਘ ਵਿਰਦੀ ਜਿਹੜੇ ਇੰਗਲੈਂਡ ਤੋਂ ਆਪਣੇ ਪਰਿਵਾਰ ਦੇ ਨਾਲ ਆਏ ਨੇ, ਇਹਨਾਂ ਨੇ ਦਵਾਈਆਂ ਦਾ ਬੰਦੋਬਸਤ ਕੀਤਾ ਹੈ, ਫ੍ਰੀ ਦਵਾਈਆਂ ਦਿੱਤੀਆਂ ਜਾਣਗੀਆਂ, ਅਤੇ ਮੁੜ ਕੇ ਇਹਨਾਂ ਦੇ ਮੰਗਲਵਾਰ ਸਿਵਲ ਹੋਸਪਿਟਲ ਵਿੱਚ ਆਈ ਮੋਬਾਈਲ ਯੂਨਿਟ ਦੁਆਰਾ ਫ੍ਰੀ ਓਪਰੇਸ਼ਨ ਕੀਤੇ ਜਾਣਗੇ। ਕਿਸੇ ਵੀ ਮਰੀਜ਼ ਦਾ ਕੋਈ ਖਰਚਾ ਨਹੀਂ ਹੋਏਗਾ, ਅਤੇ ਇਹ ਸਰਕਾਰ ਵੱਲੋਂ ਜਿਹੜੀ ਫੈਸਿਲਿਟੀ ਹੈ ਬਿਲਕੁਲ ਪੇਂਡੂ ਇਲਾਕਿਆਂ ਨੂੰ ਫ੍ਰੀ ਦਿੱਤੀ ਜਾਂਦੀ ਹੈ। ਮੇਰਾ ਨਾਮ ਧਰਮਵੀਰ ਸਿੰਘ ਹੈ। ਅਸੀਂ ਤਕਰੀਬਨ ਹਰ ਸਾਲ ਦੀ ਤਰ੍ਹਾਂ ਓਵਰਸੀਜ਼ ਵਿਕਾਸ ਕਮੇਟੀ ਲੰਡਨ ਦੇ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਅਸੀਂ ਹਰ ਸਾਲ ਕੈਂਪ ਲਾਈਦਾ, ਅਤੇ ਕੋਸ਼ਿਸ਼ ਕਰੀਦੇ ਵੱਧ ਤੋਂ ਵੱਧ ਇੱਥੇ ਜਿਹੜੀ ਮਾਨਵਤਾ ਦੀ ਸੇਵਾ ਕਰੀਏ, ਜਿਹੜਾ ਕਿ ਰੱਬ ਨੇ ਬਖਸ਼ਿਸ਼ ਦਿੱਤੀ ਹੈ, ਅਤੇ ਅਸੀਂ ਉਸ ਪਰਮਾਤਮਾ ਦਾ ਬੜਾ ਸ਼ੁਕਰ ਕਰਦਾ ਹੈ ਕਿ ਜਿਹਨਾਂ ਨੇ ਸਾਨੂੰ ਇਹ ਸੇਵਾ ਬਖਸ਼ੀ। ਥੈਂਕ ਯੂ, ਬਹੁਤ ਮਿਹਰਬਾਨੀ। ਜਗਤਾਰ ਸਿੰਘ ਵਿਰਦੀ, ਅੱਖਾਂ ਦੇ ਵਾਸਤੇ ਨਾ ਕੈਂਪ ਸੀ, ਹਰ ਸਾਲ ਅਸੀਂ ਲਾਉਂਦੇ ਹਾਂ, 2009 'ਚ ਸ਼ੁਰੂ ਕੀਤਾ ਸੀਗਾ, ਹਰ ਸਾਲ ਅਸੀਂ ਲਾਉਂਦੇ ਕੈਂਪ ਲਾਉਂਦੇ ਹਾਂ, ਸਾਰੇ ਆਲੇ ਦੁਆਲੇ ਪਿੰਡਾਂ ਦੇ ਇਕੱਠੇ ਕਰਕੇ ਨਾ ਉਹਨਾਂ ਦਾ ਕੈਂਪ ਫ੍ਰੀ ਕੈਂਪ ਲਾਉਂਦੇ ਹਾਂ, ਆਪਰੇਸ਼ਨ ਕਰਾਉਂਦੇ ਹਾਂ, ਕਿਸੇ ਨੂੰ ਐਨਕਾਂ ਚਾਹੀਦੀਆਂ, ਐਨਕਾਂ ਲੈ ਕੇ ਦੇ ਦੀਆਂ, ਸਾਰਾ ਕੁਛ ਕਰੇਦਾ। ਅਤੇ ਹੁਣ ਮੇਰੇ ਨਾਲ ਭਾਜੀ ਆਏ ਆ, ਧਰਮਵੀਰ ਸਿੰਘ ਬੇਟੀ ਆ, ਅਸੀਂ ਹਰ ਸਾਲ ਆਉਂਦੇ, ਸਪੈਸ਼ਲੀ ਆਉਂਦੇ ਹਾਂ। ਸਾਡੀ ਜੋ ਕਮੇਟੀ ਬਣਾਈ ਆ ਓਵਰਸੀਜ਼ ਵਿਕਾਸ ਕਮੇਟੀ, ਉਹ ਹਰ ਸਾਲ ਪਿੰਡ ਵਾਸਤੇ ਅਸੀਂ ਬਹੁਤ ਕੁਛ ਕਰਦੇ ਹਾਂ, ਡੇਹੜੀ ਬਣਾਈ ਹੈ, ਇਹ ਸਾਰਾ ਉਹਨਾਂ ਨੇ ਬਣਾਇਆ ਸਾਰਾ ਕੁਛ, ਸਾਡੀ ਕਮੇਟੀ ਨੇ ਬਣਾਇਆ ਸਾਰਾ ਕੁਛ।